ਲੈ ਵੀ ਮਿੱਤਰੋ, ਅੱਜ ਤੁਹਾਡੇ ਲਈ ਲੈ ਗਏ ਹਿਊਂਡਈ 5310 21 ਮਾਡਲ ਅਤੇ 22 ਦੀ ਕਾਪੀ ਆ। ਟਰੈਕਟਰ ਦੇ 4 ਟਾਇਰ ਨਾਲ ਦੇ ਨੇ ਅਤੇ ਕੰਡੀਸ਼ਨ ਪੱਖੋਂ ਟਰੈਕਟਰ ਬਿਲਕੁਲ ਸਾਫ਼ ਪਿਆ, ਚਿੱਟਾਂ ਦੇਖ ਸਕਦੇ ਹੋ ਪਰਸ, ਹੈ ਨਾ, ਰਿੰਬਾਂ 'ਤੇ ਉਵੇਂ ਚੁੱਕਰ ਏਜੰਸੀਆਂ ਨੇ ਪਈਆਂ ਨੇ। ਟਰੈਕਟਰ ਬਿਲਕੁਲ ਸਾਫ਼ ਆ, ਬੈਂਪਰ 'ਤੇ ਰੰਗ ਹੋਇਆ ਹੋਇਆ ਜ਼ਰੂਰ, ਬਾਕੀ ਟਰੈਕਟਰ ਬਿਲਕੁਲ ਸਾਫ਼ ਆ ਜਿਹੜਾ ਪਿਆ। ਤੁਸੀਂ ਪਾਇਦਾਨ ਵਗੈਰਾ ਤਾਂ ਬਹੁਤ ਘੱਟ, ਕਿੰਨੇ ਘੰਟੇ ਚੱਲਿਆ ਹੋਇਆ? 327 ਘੰਟੇ ਮਿੱਤਰੋ ਚੱਲਿਆ ਹੋਇਆ ਟਰੈਕਟਰ ਆ, ਬਿਲਕੁਲ ਨਵਾਂ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਜਿਹੜਾ ਉਹ ਪਿਆ ਹੈਗਾ, ਬਾਕੀ ਅਸੈਸਰੀ ਸਾਤਰੀ ਵਗੈਰਾ ਲੱਗੀ ਹੋਈ ਆ। ਤੁਸੀਂ ਆਹ ਟਰੈਕਟਰ ਵੇਖੋ, ਡਬਲ ਡਿਸਟ੍ਰੀਬਿਊਟਰ ਆ, ਡਬਲ PTO ਹੈ ਨਾ, ਅਤੇ ਲਿੰਕਾਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਯਾਰ, ਹੈ ਨਾ। ਟਰੈਕਟਰ ਦੀ ਕੁਆਲਿਟੀ ਜਿਹੜੀ, ਪੂਰਾ ਸਾਫ਼ ਟਰੈਕਟਰ ਪਿਆ ਹੈਗਾ ਅਤੇ 21 ਮਾਡਲ ਆ, ਪੰਜਾਬ ਨੰਬਰ ਆ। ਅਤੇ ਆਹ ਦੇਖ ਲਓ, ਮੁੰਮਣੀਆਂ ਹਜੇ ਟੁੱਟਣੀ ਸ਼ੁਰੂ ਹੋਈਆਂ ਨੇ ਟਰੈਕਟਰ ਦੇ, ਜਾਂ ਉਵੇਂ ਚੁੱਕ ਟਾਇਰ ਉੰਨੇ ਦੇ ਉੰਨੇ ਹਜੇ ਪਏ ਨੇ ਟਰੈਕਟਰ ਦੇ। ਅਤੇ 21 ਮਾਡਲ ਆ, ਪੰਜਾਬ ਨੰਬਰ ਆ, ਫਸਟ ਪਾਰਟੀ ਆ। ਰੇਟ ਜਿਹੜਾ 7,77,000 ਰੁਪਇਆ, 7,77,000 ਰੁਪਇਆ ਰੱਖਿਆ ਗਿਆ, ਬਾਕੀ ਮੌਕੇ 'ਤੇ ਰੇਟ ਜਿਹੜਾ ਹੋ ਜੂਗਾ। ਬਾਕੀ ਮੀਟਰ ਤੁਹਾਨੂੰ ਆਪਾਂ ਵਿਖਾ ਦਿੰਦੇ ਹਾਂ ਵੀ, ਇਹ ਸਟਾਰਟ ਕਰਕੇ ਆਊਗਾ ਇਹ ਮੀਟਰ ਦੇ ਵਿੱਚ। ਆਇਆ ਨਹੀਂ ਯਾਰ, ਚੱਕਿਆ ਨਹੀਂ, ਆ ਗਿਆ। 327 ਘੰਟੇ ਜਿਹੜਾ, ਲਓ ਜੀ, ਰੇਟ ਵਾਲੀ ਘੱਟ ਸੀ, 327 ਘੰਟੇ ਜਿਹੜਾ ਚੱਲਿਆ ਹੋਇਆ, 27-28 ਲਾ ਲਓ, ਅਤੇ ਰੇਟ ਹੈ 7,77,000 ਰੁਪਇਆ ਉਹ ਰੱਖਿਆ ਹੋਇਆ ਹੈਗਾ। ਘੰਟੇ ਜਿਹੜਾ ਚੱਲਿਆ ਹੋਇਆ ਹੈਗਾ ਮਿੱਤਰੋ, ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ, ਜਿਹੜੇ ਵੀਰ ਨੂੰ ਚਾਹੀਦਾ ਟਰੈਕਟਰ ਕੰਟੈਕਟ ਕਰ ਲਿਓ। 7,77,000 ਰੁਪਇਆ ਰੇਟ ਆ, 21 ਮਾਡਲ ਅਤੇ 22 ਦੀ ਟਰੈਕਟਰ ਦੀ ਕਾਪੀ ਆ, ਬਹੁਤ ਘੱਟ ਚੱਲਿਆ ਹੋਇਆ ਟਰੈਕਟਰ, ਬਿਲਕੁਲ ਨਵਾਂ ਸ਼ੋਰੂਮ ਕੰਡੀਸ਼ਨ ਵਾਲੇ ਟਰੈਕਟਰ ਦੀ ਮਿੱਤਰੋ ਪਈ ਹੈਗੀ। ਬਾਕੀ ਸਾਤਰੀ ਵਗੈਰਾ ਟਰੈਕਟਰ 'ਤੇ ਲੱਗੀ ਹੋਈ ਐਵੇਂ ਜੋਕਰ ਦੇਣਾ ਪਈਆਂ ਨੇ, ਅਤੇ ਬਾਕੀ ਕੰਟੈਕਟ ਆ ਤੁਸੀਂ ਕਰ ਸਕਦੇ ਹੋ।